ਜਾ ਗੇੜਾ ਲੈ ਕੇ ਇਹ ਤੇ ਮੂੰਹ ਉੱਪਰ ਟੈਂਕ ਵੀ ਭਰਿਆ ਪਿਆ ਦਾਣੇ ਵਾਲਾ ਫੁੱਲ ਤੇ ਐਡਾ ਚੌੜਾ ਇਹਦਾ ਕਟਰ ਆ ਬਈ ਆਪਣੇ ਮਸ਼ੀਨਾਂ ਦੀਆਂ ਕਟਰਾਂ ਨਾਲੋਂ ਇੰਨਾ ਫਰਕ ਹੈ ਇਹਦਾ। ਠੀਕ ਹੈ ਨਾ, ਤੇ ਕਣਕ ਦਾ ਜੰਮ ਪੂਰਾ ਹੈ, ਕਣਕ ਕੋਈ ਨਰਮ ਨਹੀਂ ਕਹਿ ਸਕਦੇ ਆਪਾਂ ਵੀ ਇੰਨੀ ਕੁ ਝਾਲ ਹੈ ਇਹਦੀ। ਤੇ ਇਹ ਮੇਰੇ ਹਿਸਾਬ ਦੇ ਵਿੱਚ 2 ਦਿਨਾਂ 'ਚ ਵੱਢੂਗਾ, ਅੱਜ 4 ਵਜੇ ਸ਼ੁਰੂ ਕਰਿਆ, ਕੱਲ੍ਹ ਨੂੰ ਫੇਰੇ 4 ਵਜੇ ਸ਼ੁਰੂ ਕਰੂਗਾ, ਅੱਧਾ ਕੱਲ੍ਹ ਨੂੰ ਵੱਢ ਦੂ ਅੱਧਾ 'ਚ ਵੱਢਦਾ। ਇਸ ਤਰ੍ਹਾਂ ਇਹਦੀ ਕਟਾਈ ਵਢਾਈ ਜਿਹੜੀ ਸ਼ੌਂਕ ਨਾਲ ਪੂਰੇ ਠੰਡੇ ਮਤੇ ਨਾਲ, ਕਿਉਂਕਿ ਤਾਂ ਸੋਇਆਬੀਨ ਵੀ ਬੀਜੀ ਵੀ ਇਹਨੇ ਬਹੁਤ ਸ਼ੌਂਕ ਨਾਲ ਸੀ ਕਣਕ ਇਹ। ਤੇ ਹੈ ਖੈਰ ਦੋਨੇ ਭਰਾ ਬੜੇ ਸ਼ੌਕੀਨ ਆਏ ਖੇਤੀ ਦੇ। ਠੀਕ ਹੈ ਨਾ ਜੀ, ਉਹ ਖੋਲਤਾ ਘੁੱਗਰ ਉਹਨੇ, ਤੇ ਆਓ ਦੇਖੋ ਬਈ ਐ ਬਟਨ ਦੱਬੇ ਤੇ ਆਉਂਦਾ ਬਾਹਰ ਕਹਿੰਦੇ। ਠੀਕ ਹੈ ਨਾ, ਤੇ ਹੁਣ ਇਦੂ ਬਾਅਦ ਇਹ ਭਰੂਗਾ ਟੈਂਕ, ਆਪਾਂ ਤੁਹਾਨੂੰ ਦਿਖਾਉਣੇ ਆ ਆਹ ਗੱਲਬਾਤ ਹੈ ਬਈ ਐਡਾ ਘੱਟ ਰਹਿੰਦਾ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਇਹਦੀਆਂ ਮਸ਼ੀਨ ਦੀਆਂ। ਆਹ ਦੇਖੋ ਬਾਈ, ਤੇ ਕੋਈ ਗਰਦ ਫਰਦ ਕੁਛ ਨੀ, ਤੁਸੀਂ ਦੇਖ ਲਓ ਵੀ ਇਕੱਲੀ ਬਨੈਣ ਜੀ ਪਾਈ ਬੈਠਾ ਅੰਦਰ, ਉਹ ਅੱਧੀਆਂ ਬਾਹਾਂ ਵਾਲੀ ਉਹ ਛੱਡਤਾ ਉੱਗਰ ਚਲਾਤਾ, ਤੇ ਗਰਦ ਵੀ ਬਹੁਤ ਆਈ ਜਾਂਦੀ, ਅੱਜ ਦੁਬਾਰੇ ਜਾ ਕੇ ਨਹਾਉਣਾ ਪੂ ਲੱਗਦਾ। ਇਹ ਕਣਕ ਹੈਗੀ ਹੈ C14 ਬਾਈ, ਜਿਹੜਾ ਕਣਕ ਬੀ ਹੈ C14 ਬੀ ਹੈਗਾ, ਤੁਹਾਨੂੰ ਕਣਕ ਵੀ ਦਿਖਾਉਣੇ ਮੈਂ ਭਰ ਕੇ ਦਿਖਾਉਣੇ ਚੱਕ ਕੇ ਦਾਣੇ ਤੁਹਾਨੂੰ ਕਿਹੋ ਜਿਹਾ। ਠੀਕ ਹੈ ਨਾ ਬਈ, ਕਣਕ ਐਂ ਕਰੁੰਡ ਹੋਈ ਵੀ ਹੈ, ਫਿਰ ਵੱਢ ਗਿਆ ਇਹ, ਮੋਕਚਰ ਮੁਕਚਰ ਦੀ ਸਮੱਸਿਆ। ਇਹ ਪਹਿਲਾਂ ਖੇਤ 'ਚ ਪੂਰਾ ਟਾਈਮ ਦਿੰਦੇ ਇਹਨੂੰ ਆਪਣੇ ਵਾਂਗੂ, ਨਹੀਂ ਵੀ ਹਰੀ ਵੱਢ ਲਈ ਜਾਂ ਕੋਈ ਗਿੱਲੀ ਹੈ ਵਿੱਚੋਂ, ਐਂ ਪੂਰੀ ਜਦੋਂ ਬੱਲੀਆਂ ਪੂਰਾ ਕਰੁੰਡ ਹੋ ਗਿਆ ਪੂਰਾ ਮੋਕਚਰ ਸੁਕਾ ਕੇ ਇਹਨਾਂ ਨੇ ਫਿਰ ਇਹਨੂੰ ਵੱਢਾ ਦਿੱਤਾ ਇਹਨਾਂ ਨੇ। ਆਹ ਦੇਖੋ, ਠੀਕ ਹੈ ਨਾ ਜੀ, ਆਹ ਦੇਖੋ ਐਡੇ ਕੁ ਕਰਚੇ ਆ ਤੇ ਇੰਨਾ ਕੁ ਕੱਦ ਹੈ, ਪੂਰੀ ਟੇਢੀ ਹੋ ਗਈ ਸਮਝ ਲਓ, ਬਿਸ ਗਈ ਇੱਕ ਤਰ੍ਹਾਂ ਦੀ, ਫਿਰ ਇਹਨੇ ਵਢਾਈ ਚਾਲੂ ਕੀਤੀ ਹੈ। ਤੇ C14 ਨਾਂ ਦੀ ਕਣਕ ਦਾ ਬ੍ਰਾਂਡ ਹੈ ਇਹ, ਕਣਕਾਂ ਦੀ ਪੈਦਾਵਾਰ ਹੈ ਬਹੁਤ ਬਈ ਵੱਡੇ ਲੈਵਲ ਤੇ, ਕਣਕ ਦੀ ਖੇਤੀ ਵੀ ਇੱਥੇ ਤੇ ਥੋੜੀ ਨਹੀਂ ਕਹਿ ਸਕਦੇ, ਬਹੁਤ ਬਜਾਂਦ ਹੈ ਕਣਕ ਦੀ ਬਈ ਇੱਥੇ। ਇਸ ਤਰ੍ਹਾਂ ਬਈ ਇਹ ਭੱਜਿਆ ਫਿਰਦਾ ਲੈ ਕੇ ਕਬੈਣ, ਇਹ ਸਮਝ ਲਓ ਅੱਜ ਤਾਂ ਮੱਥੇ ਮੁੱਥੇ ਜੇ ਲਾ ਕੇ ਤੇ ਇੰਨਾ ਥਾਂ ਇਹਨੇ ਸਮਝ ਲਓ 3 ਗੇੜਿਆਂ 'ਚ ਇੰਨਾ ਥਾਂ ਲੈ ਗਿਆ ਖੇਤ ਦਾ। ਦੇਖੋ 3 ਗੇੜਿਆਂ ਦੇ ਵਿੱਚ ਇੰਨਾ ਥਾਂ ਵੱਢਦਾ ਕਟਰ, ਚ ਐਡਾ ਥਾਂ ਲਿਜਾਂਦਾ, ਤਾਂ ਹੀ ਚਾਲ ਵੀ ਬਾਹਲੀ ਨਹੀਂ ਹੈਗੀ, ਹਿਸਾਬ ਸਿਰ ਦੀ ਚਾਲ ਹੈ ਤੇ ਠੰਡੇ ਜਮਾਤੇ ਨਾਲ ਚੱਲੀ ਜਾਂਦਾ ਵਧੀਆ। ਪੜ੍ਹਾਈ ਸੋਹਣੀ ਕਰ ਰਿਹਾ ਮੁੰਡਾ।